ਮਨਸ਼ਾ ਯਾਦੀ ਕਹਾਣੀ ਸੱਦਰਾਂ ਦੀ ਸੂਲੀ ਉਹਦੀ بیوی ਉਹਨੂੰ ਜਗਾਉਂਦੀ ਏ ਤੇ ਉਹ ਬੜਵਾਏ ਉੱਠ ਬਹਿੰਦਾ ਏ ਕੀ ਹੋਇਆ ਖੈਰ ਤੇ ਆ ਨਾ 6 ਵਜ ਰਹਿ ਨੇ ਹੁਣ ਉੱਠ ਬੋ ਉਹੋ ਮੈਂ ਸਮਝਿਆ ਫੇਰ ਕੋਈ ਭੈੜੀ ਖਬਰ ਤੇ ਉਹ ਆਪਣੇ ਧੜਕਦੇ ਹੋਏ ਦਿਲ ਤੇ ਹੱਥ ਰੱਖ ਲੈਂਦਾ ਫੇਰ ਕਹਿੰਦਾ ਉਸ ਵੇਲੇ ਦੂਜੇ ਕਮਰੇ ਦਾ ਬੂਆ ਜ਼ੋਰ ਨਾਲ ਬੰਦ ਹੋਣ ਦੀ ਆਵਾਜ਼ ਆਉਂਦੀ ਏ ਉਤਰਿਆ ਜਾਂਦਾ ਤੇ ਚੀਕ ਕੇ ਆਖਦਾ ਹਜ਼ਾਰ ਵਾਰੀ ਕਿਹਾ ਹੌਲੀ ਬੂਆ ਮਾਰਿਆ ਕਰੋ ਕੋਚਰ ਤੋਂ ਖੜਾਕ ਜਾਂ ਸ਼ੋਰ ਨਾਲ ਉਹਦਾ ਦਿਲ ਧੜਕਣ ਲੱਗ ਪੈਂਦਾ ਹੈ। ਉਹਦੇ ਕੋਲ ਸੁੱਕਾ ਪੱਤਰ ਵੀ ਡਿੱਗ ਪਏ ਤੇ ਉਹਦਾ ਤਰਾ ਨਿਕਲ ਜਾਂਦਾ ਹੈ। ਡਾਕਟਰ ਨੇ ਉਹਨੂੰ ਆਖਿਆ ਵੀ ਉਹਦਾ ਦਿਲ ਬਿਲਕੁਲ ਠੀਕ ਹੈ ਪਰ ਉਹਨੂੰ ਆਪਣਾ ਦਿਮਾਗ ਸਾਫ਼ ਰੱਖਣਾ ਚਾਹੀਦਾ ਹੈ। ਦਰਵਾਜ਼ੇ ਤੇ ਕਿਸੇ ਫਕੀਰ ਦੀ ਆਵਾਜ਼ ਗੂੰਜਦੀ ਏ। ਅੱਲਾ ਦੇ ਨਾਂ ਤੇ ਇੱਕ ਰੋਟੀ ਦਾ ਸਵਾਲ ਏ। ਉਹ ਇਸ 6 ਸਾਲ ਦੀ ਬੱਚੀ ਮੂੰਹ ਹੱਥ ਧੋ ਕੇ ਜਲਦੀ ਜਲਦੀ ਆਉਂਦੀ ਏ ਤੇ ਰਸੋਈ ਚੋਂ ਰੋਟੀ ਲੈ ਕੇ ਦਰਵਾਜ਼ੇ ਵੱਲ ਜਾਂਦੀ ਏ। ਫਕੀਰ ਬੱਚੀ ਨਾਲ ਗੱਲਾਂ ਕਰ ਰਿਹਾ ਹੈ। ਉਦਾ ਹੁਲੀਆ ਤੇ ਕੱਪੜੇ ਪੂਰੇ اسرਾਰ ਦੀ ਗੱਲ ਨੇ। ਉਹਦੇ ਮੋਢਿਆਂ ਤੇ ਲੰਮੇ-ਲੰਮੇ ਥੈਲੇ ਲਟਕ ਰਹੇ ਨੇ ਤੇ ਜਿਸ ਤਰ੍ਹਾਂ ਉਹਨੇ ਬੱਚੇ ਨੂੰ ਕਲੋਰੋਫਾਰਮ ਸੁngਾ ਕੇ ਤੇ ਥੈਲੇ ਚ ਲੁਕਾ ਕੇ ਭੱਜ ਜਾਏਗਾ। ਉਹ ਨਾਸਕੇ ਬੱਚੇ ਨੂੰ ਬਾਹੋਂ ਫੜ ਲੈਂਦਾ ਤੇ ਅੰਦਰ ਨੂੰ ਖਸੇਟ ਲਿਆਉਂਦਾ ਤੇ ਫਿਰ بیوی ਨੂੰ ਗੁੱਸੇ 'ਚ ਆਖਦਾ। ਤੈਨੂੰ ਅਕਬਰ ਅਲੀ ਦੀ ਬੱਚੀ ਦੀ ਗੱਲ ਭੁੱਲ ਗਈ ਏ ਕਿ ਉਹ ਬਾਲੜੇ ਨੂੰ ਖਰਾਤ ਦੇਣ ਵਾਸਤੇ ਕੱਲਣੀ ਹੈ। ਨਾ ਧੋ ਕੇ ਜਦੋਂ ਨਾਸ਼ਤਾ ਕਰਨ ਬਹਿੰਦਾ ਏ ਫਿਰ ਅਖਬਾਰ ਚੁੱਕ ਕੇ ਵੇਖਣ ਲੱਗ ਪੈਂਦਾ। ਬੀਵੀ ਨੇ ਸ਼ੋਰ ਕੇ ਖਾਣੇ ਵਿੱਚ ਜ਼ਹਿਰ ਦੇ ਦਿਆ ਡਬਲ ਰੋਟੀ ਦਾ ਟੁਕੜਾ ਉਹਦੇ ਮੂੰਹ ਚ ਪਰ ਉਹ ਚਬਾ ਨਹੀਂ ਸਕਦਾ ਉਹਦੀ ਬੀਵੀ ਅੰਦਰ ਆਉਂਦੀ ਏ ਤੁਸੀਂ ਖਾਂਦੇ ਕਿਉਂ ਨਹੀਂ ਉਹਦਾ ਸ਼ੱਕ ਯਕੀਨ ਚ ਬਦਲ ਜਾਂਦਾ ਉਹ ਨਾਸ਼ਤੇ ਦੀਆਂ ਚੀਜ਼ਾਂ ਬੀਵੀ ਦੇ ਮੂੰਹ ਤੇ ਮਾਰਨਾ ਚਾਹੁੰਦਾ ਪਰ ਫਿਰ ਉਹਨੂੰ ਹਾਸਾ ਆ ਜਾਂਦਾ ਉਹਦੇ ਦਫ਼ਤਰ ਜਾਣ ਤੋਂ ਪਹਿਲਾਂ ਬੱਚੇ ਸਕੂਲ ਚਲੇ ਜਾਂਦੇ ਨੇ ਪਰ ਉਹ ਉਹਦਾ ਜ਼ੈਨ ਵੀ ਨਾਲ ਹੀ ਲੈ ਜਾਂਦੇ ਨੇ ਸਕੂਲ ਦਾ ਰਸਤਾ ਬੜਾ ਖਤਰਨਾਕ ਸੜਕਾਂ ਤੇ ਟੰਗਿਆਂ ਬੱਸਾਂ ਤੇ ਕਾਰਾਂ ਦਾ ਦਰਿਆ ਵਹਿੰਦਾ ਏ ਤੇ ਉਹਨੇ ਕਈ ਵਾਰੀ ਸੋਚਿਆ ਵੀ ਬੱਚਿਆਂ ਨੂੰ ਮੋਟਰਸਾਈਕਲ ਤੇ ਖੁਦ ਸਕੂਲ ਛੱਡ ਆਇਆ ਕਰੇ ਪਰ ਉਹਨੂੰ ਖੌਫ ਆਉਂਦਾ ਕਿਸੇ ਬੱਚੇ ਦੀ ਟੰਗ ਪਹੀਏ ਦੇ ਤਾਰਾਂ ਚ ਨਾ ਫਸ ਜਾਏ ਤੇ ਮੋਟਰਸਾਈਕਲ ਕਿਸੇ ਬੱਸ ਜਾਂ ਟਰੱਕ ਨਾਲ ਨਾ ਟਕਰਾ ਜਾਵੇ ਟਰੱਕ ਨਾਲ ਮੋਟਰਸਾਈਕਲ ਦੀ ਟੱਕਰ ਹੋਣ ਤੇ ਆਪਣੇ ਤੇ ਆਪਣੇ ਬੱਚਿਆਂ ਦੇ ਟੋਟਿਆਂ ਦਾ ਸੜਕ ਤੇ ਖਿਲਰਨ ਦਾ ਤਸੱਵਰ ਕਰਕੇ ਕੰਬ ਜਾਂਦਾ ਹੈ ਚਲੋ ਚੰਗਾ ਡਾਕਟਰ ਨੇ ਉਹਨੂੰ ਮੋਟਰਸਾਈਕਲ ਚ ਲਾਉਣ ਤੋਂ ਮਨਾ ਕਰ ਛੱਡਿਆ ਤੇ ਆਪੂ ਵੀ ਬੱਸ ਜਾਂ ਰਿਕਸ਼ਾ ਤੇ ਦਫਤਰ ਜਾਂਦਾ ਹੈ ਦਫਤਰ ਜਾਣ ਤੋਂ ਪਹਿਲਾਂ ਉਹਨੂੰ ਨਾਲ ਦੀ ਮਾਰਕੀਟ ਤੋਂ ਗੋਸ਼ਤ ਜਾਂ ਸਬਜ਼ੀ ਲਿਉਣੀ ਪੈਂਦੀ ਹੈ ਉਹ ਨਸਕੇ ਗੋਸ਼ਤ ਦੀ ਦੁਕਾਨ ਤੇ ਜਾਂਦਾ ਉਹਨੇ ਇੱਕ ਵਾਰੀ ਅਖਬਾਰ ਵਿੱਚ ਕੁੱਤਿਆਂ ਦਾ ਗੋਸ਼ਤ ਵੇਚਣ ਦੀ ਖਬਰ ਪੜ੍ਹੀ ਸੀ ਦੁੰਬੇ ਤੇ ਉਹ ਝੱਟ ਪਛਾਣ ਸਕਦਾ ਹੈ ਪਰ ਕੁੱਤਿਆਂ ਤੇ ਬੱਕਰਿਆਂ 'ਚ ਨਿਖੇੜਾ ਕਰਨਾ ਔਖਾ ਹੈ ਕਰੋ ਨਿਕਲਣ ਤੋਂ ਪਹਿਲਾਂ ਬੀਬੀ ਸ਼ਾਪਿੰਗ ਵਾਸਤੇ ਬਾਜ਼ਾਰ ਜਾਣ ਦੀ ਇਜਾਜ਼ਤ ਮੰਗਦੀ ਏ ਉਹ ਇਜਾਜ਼ਤ ਦੇ ਦਿੰਦਾ ਪਰ ਉਹਨੂੰ ਜੱਬਦਾ ਉਹਨੇ ਚੰਗਾ ਨਹੀਂ ਕੀਤਾ ਖਰੇ ਉਹ ਕਿਧਰੇ ਚਲੀ ਜਾਏ ਗਲੀ ਦੇ ਮੋੜ ਤੇ ਉਹ ਮੁੜ ਕੇ ਹਸਰਤ ਨਾਲ ਆਪਣੇ ਮਕਾਨ ਵੱਲ ਵੇਖਦਾ ਹੈ ਖਰੇ ਉਹ ਖੀਰੀਵਾਰੀ ਘਰੋਂ ਜਾ ਰਿਹਾ ਹੋਵੇ ਕੀ ਪਤਾ ਉਹ ਜਿਹੜੀ ਬੱਸ ਤੇ ਬਏ ਉਹਦਾ ਐਕਸੀਡੈਂਟ ਹੋ ਜਾਏ ਤੇ ਜਦੋਂ ਉਹਦੀ লাশ ਘਰ ਲਿਆਂਦੀ ਜਾਏ ਉਹਦੀਆਂ ਟੰਗਾਂ ਹੋਣ ਖੋਪੜੀ ਦੇ ਦੋ ਟੋਟੇ ਹੋ ਗਏ ਹੋਣ ਤੇ ਸੜਕ ਤੋਂ ਲੈ ਕੇ ਘਰ ਤੀਕਰ ਦਾ ਸਾਰਾ ਰਸਤਾ ਉਹਦੇ ਲਹੂ ਦੀਆਂ ਛੱਟਾਂ ਨਾਲ ਲਾਲ ਹੋ ਗਿਆ ਹੋਵੇ ਤੇ ਫਿਰ ਉਹਨੂੰ ਆਪਣੇ ਬੱਚਿਆਂ ਆਪਣੀ بیوی ਤੇ ਆਪਣੀ ਇੰਸ਼ੋਰੈਂਸ ਪਾਲਸੀ ਦਾ ਖਿਆਲ ਆਉਂਦਾ ਹੈ ਇੰਸ਼ੋਰੈਂਸ ਪਾਲਸੀ ਦਾ ਖਿਆਲ ਆਉਂਦਿਆਂ ਹੀ ਉਹ ਪ੍ਰੀਮੀਅਮ ਤਨਖਾਹ ਤੇ ਘਰ ਦੇ ਖਰਚੇ ਦਾ ਹਿਸਾਬ ਕਰਨ ਲੱਗ ਪੈਂਦਾ ਉਹਨੂੰ ਝੱਪਦੇ ਹੀ ਬੱਸ ਮਿਲ ਜਾਂਦੀ ਹੈ ਪਰ ਉਹਦਾ ਘੰਟਾ देर ਨਾਲ ਦਫ਼ਤਰ ਪਹੁੰਚਦਾ ਹੈ ਉਹਨੂੰ ਯਕੀਨ ਹੈ ਕਿ ਉਹਦਾ ਸੁਪਰਡੈਂਟ ਤੇ ਸਾਬ ਬੜੀ ਦੇਰ ਨਾਲ ਦਫ਼ਤਰ ਆਉਂਦੇ ਨੇ ਕਰਵੀ ਉਹ ਡਰਦਾ ਕੀ ਪਤਾ ਉਹਦੀ ਜਵਾਬ ਤਲਬੀ ਵਾਸਤੇ ਉਹਨਾਂ ਚੋਂ ਕੋਈ ਅੱਜ ਛੱਬਦੇ ਦਫਤਰ ਆ ਗਿਆ ਹੋਵੇ ਆਪਣੀ ਸੀਟ ਤੇ ਬੈੰਦੇ ਹੀ ਉਹਦੀ ਨਜ਼ਰ ਆਪਣੇ ਨਾਂ ਇੱਕ ਖੂਫੀਆ ਚਿੱਠੀ ਤੇ ਪੈਂਦੀ ਹੈ ਤੇ ਜਿਵੇਂ ਕਿਸੇ ਨੇ ਮੁਲਾਜ਼ਮਤ ਦਾ ਬੂਆ ਜ਼ੋਰ ਨਾਲ ਢੀੜਿਆ ਹੋਵੇ ਉਹਦਾ ਦਿਲ ਧੱਕ ਧੱਕ ਕਰਨ ਲੱਗ ਪੈਂਦਾ ਹੈ ਕੱਲ ਉਹ ਦਫਤਰੋਂ 2 ਘੰਟੇ ਦੀ ਛੁੱਟੀ ਲੈ ਕੇ ਹਸਪਤਾਲ ਗਿਆ ਸੀ ਪਰ ਉੱਥੇ ਰਸ਼ ਹੋਣ ਦੀ ਵਜ੍ਹਾ ਕਰਕੇ ਦਫਤਰੀ ਵਕਤ ਵਿੱਚ ਵਾਪਸ ਨਹੀਂ ਸੀ ਆ ਸਕਿਆ ਪਿਛਲੇ ਹਫਤੇ ਉਹਦੀ ਮੇਜ਼ ਤੋਂ ਇੱਕ ਫਾਈਲ ਚੋਰੀ ਹੋ ਗਈ ਸੀ ਤੇ ਜੰਗ ਤੋਂ ਪਹਿਲਾਂ ਵੱਡੇ ਸਾਹਬ ਦਾ ਮੁੰਡਾ ਬਲਾਇਤ ਤੋਂ ਪਰਤ ਕੇ ਆਇਆ ਸੀ ਤੇ ਉਹ ਬੀਬੀ ਦੀ ਬਿਮਾਰੀ ਦੀ ਵਜ੍ਹਾ ਤੋਂ ਵੇਲੇ ਸਿਰ ਮੁਬਾਰਕ ਦੇਣ ਨਹੀਂ ਸੀ ਜਾ ਸਕਿਆ ਤੇ ਪਿਛਲੇ ਸਾਲ ਆਡਿਟ ਵਾਲਿਆਂ ਉਹਦੇ ਹਿਸਾਬ ਕਿਤਾਬ 'ਚ ਕੁਝ ਗਲਤੀਆਂ ਕੱਢੀਆਂ ਸਨ ਉਹ ਧੜਕਦੇ ਹੋਏ ਦਿਲ ਨਾਲ ਖੁਫੀਆ ਚਿੱਠੀ ਨੂੰ ਖੋਲਦਾ ਹੈ ਇਹ ਉਹਦੀ ਤਰੱਕੀ ਦੀ ਦਰਖਾਸਤ ਦਾ ਜਵਾਬ ਹੈ ਅਜੇ ਨਹੀਂ ਹੋ ਸਕਦੀ ਉਹਦੀ ਜਾਨ 'ਚ ਜਾਨ ਆਉਂਦੀ ਹੈ ਉਹਨੂੰ ਇਹ ਸੋਚ ਕੇ ਬੜੀ ਬੜਾਈ ਤੇ ਮਨਾਣ ਹੁੰਦਾ ਹੈ ਕਿ ਉਹ ਚਿੱਠੀ ਉਹਦੀ ਬਰਤਰफी ਜਾਂ ਜਵਾਬ ਤਲਬੀ ਦਾ ਪਰਵਾਹ ਨਹੀਂ 12 ਵਜੇ ਉਹਨੂੰ ਅਚਨਚੇ ਤ ਆਪਣਾ ਘਰ بیوی ਤੇ ਬੱਚੇ ਯਾਦ ਆ ਜਾਂਦੇ ਨੇ ਕਿਸੇ ਬੱਚੇ ਦਾ ਸਕੂਲੋਂ ਆਉਂਦਿਆਂ ਹੋਇਆ ਐਕਸੀਡੈਂਟ ਨਾ ਹੋ ਗਿਆ ਹੋਵੇ بیوی ਸ਼ਾਪਿੰਗ ਕਰਕੇ ਘਰ ਪਰਤਣ ਦੀ ਥਾਂ ਕਿਸੇ ਦੇ ਨਾਲ ਕਿਧਰੇ ਚਲੀ ਨਾ ਜਾਏ ਤੇ ਉਹਦਾ ਜੀ ਕੀਤਾ ਵੀ ਉਹ ਦਫ਼ਤਰੋਂ ਛੁੱਟੀ ਲੈ ਕੇ ਝਟਪਟ ਹਸਪਤਾਲ ਪਹੁੰਚੇ ਜਿੱਥੇ ਉਹਦਾ ਹਾਦਸੇ 'ਚ ਜ਼ਖਮੀ ਹੋਣ ਵਾਲਾ ਬੱਚਾ ਖੇਰ ਲੇਸਾ ਪਿਆ ਲੈਂਦਾ ਏ ਪਰ ਫੌਰਨ ਹੀ ਉਹਨੂੰ ਖਿਆਲ ਆਉਂਦਾ ਵੀ ਐਨੇ ਚਿਰਚੋ ਦੀ بیوی ਨਾ ਸਜਾਈ ਕਿ ਉਹਨੂੰ ਸਭ ਤੋਂ ਪਹਿਲਾਂ ਸਟੇਸ਼ਨ ਜਾਂ ਬੱਸਾਂ ਦੇ ਅੱਡੇ ਤੇ ਪਹੁੰਚਣਾ ਚਾਹੀਦਾ ਡਾਕਟਰ ਦੀ ਹਦਾਇਤ ਯਾਦ ਆਉਂਦੀ ਆਪਣੀਆਂ ਖੁਦ ਸਖਤਾਂ ਨੂੰ ਜੈਨ ਤੋਂ ਕੱਢ ਕੇ ਸੁੱਟਣਾ ਚਾਹੁੰਦਾ ਹੈ ਕਿ ਕਨਪੱਟੀ ਕੋਲ ਡੂੰਗੀ ਪੀੜ ਉੱਠਦੀ ਹੈ ਕਈ ਦਿਨਾਂ ਤੋਂ ਇਹ ਲਹਿਰ ਸਿਰ ਦੇ ਪਿਛਲੇ ਪਾਸੇ ਉੱਠ ਕੇ ਕਨਪੱਟੀ ਤੇ ਖੱਬੀ ਅੱਖ ਤੇ ਕਰ ਆਉਂਦੀ ਹੈ ਸਦੀਕੀ ਸਾਹਿਬ ਨੂੰ ਵੀ ਪਹਿਲਾਂ-ਪਹਿਲਾਂ ਇਹੋ ਤਕਲੀਫ ਹੋਈ ਸੀ ਤੇ ਫਿਰ ਦਿਮਾਗ ਦੀ ਰਗ ਫੱਟ ਜਾਣ ਨਾਲ ਉਹ ਅੱਲਾਹ ਨੂੰ ਪਿਆਰੇ ਹੋ ਗਏ ਸਰ ਪੀੜ ਦੀ ਲਹਿਰ ਮੁੱਕ ਜਾਂਦੀ ਹੈ ਪਰ ਉਹ ਇਸ ਪੀੜ ਤੋਂ ਇੰਨਾ ਪਰੇਸ਼ਾਨ ਹੁੰਦਾ ਹੈ ਕਿ 2 ਘੰਟੇ ਦੀ ਛੁੱਟੀ ਲੈ ਕੇ ਹਸਪਤਾਲ ਟਰ ਪੈਂਦਾ ਹੈ ਹਸਪਤਾਲ ਦੇ ਰਸਤੇ ਚੋਂ ਹਰ ਬੁਰਕਾ ਪੋਸ਼ਾਹਰਤ ਉੱਤੇ ਆਪਣੀ بیوی ਦਾ ਭੁਲੇਖਾ ਪੈਂਦਾ ਪਰ ਉਹ ਦਿਮਾਗ ਦੀ ਰਗ ਫੱਟ ਜਾਣ ਦੇ ਡਰ ਤੋਂ ਚੁੱਪਦੇ-ਚੁੱਪਦੇ ਹਸਪਤਾਲ ਪੜਨਾ ਚਾਹੁੰਦਾ ਹੈ ਹਸਪਤਾਲ ਵਿੱਚੋਂ ਨੀਂਦਰ ਤੇ ਸਕੂਨ ਦੀਆਂ ਗੋਲੀਆਂ ਲੈ ਕੇ ਉਹ ਸਿੱਧਾ ਬਾਜ਼ਾਰ ਜਾਂਦਾ ਹੈ ਰੈਡੀमेड ਕੱਪੜਿਆਂ ਦੀ ਦੁਕਾਨ ਤੇ ਨਜ਼ਰ ਪੈਂਦੀ ਤੇ ਉਹਨੂੰ ਆਪਣੀ ਬੱਚੀ ਯਾਦ ਆਉਂਦੀ ਹੈ ਉਹ ਅੱਗਾ ਵੱਧ ਕੇ ਬੱਚੀ ਵਾਸਤੇ ਕਿ ਬੜਾ ਸੋਹਣਾ ਫਰਾਕ ਪਸੰਦ ਕਰਦਾ ਹੈ ਪਰ ਪੈਸੇ ਦੇਣ ਤੋਂ ਪਹਿਲਾਂ ਉਹਨੂੰ ਖਿਆਲ ਹੁੰਦਾ ਹੈ ਕਿ ਉਹ ਨਾ ਘਰ ਜਾ ਕੇ ਪਹਿਲਾਂ ਬੱਚੀ ਦੀ ਖੈਰ-ਖੈਰੀਅਤ ਤਾਂ ਪਤਾ ਕਰ ਲੇ। ਫੁਰਾਕ ਛੱਡ ਕੇ ਸਿੱਧਾ ਘਰ ਜਾਂਦਾ ਹੈ, بیوی ਖਾਣਾ ਲਿਆਉਂਦੀ ਏ, ਬੱਚੇ ਸਕੂਲ, ਖੇਡਾਂ ਤੇ ਇਮਤਿਹਾਨ ਦੀਆਂ ਗੱਲਾਂ ਕਰਦੇ ਨੇ। ਉਹਨੂੰ ਇੰਜ ਜਾਪਦਾ ਜਿਵੇਂ ਹੁਣ ਪੀੜ ਦੀ ਲਹਿਰ ਕਦੇ ਨਹੀਂ ਉੱਠੇਗੀ। ਪਰ ਰਾਤ ਨੂੰ ਜਦੋਂ ਸੌਣ ਲਈ ਬਿਸਤਰੇ 'ਚ ਲੇਟਦਾ ਤੇ ਨਜ਼ਰ ਨਾ ਆਉਣ ਵਾਲੇ ਢੇਰ ਸਾਰੇ ਗੰਡੋਏ ਉਹਦੇ ਜੁੱਸੇ ਨਾਲ ਚੰਬੜ ਜਾਂਦੇ ਨੇ। ਫਿਰ ਉਹਦੇ ਜੁੱਸੇ 'ਚ ਮੋਰੀਆਂ ਕਰਕੇ ਤੇ ਉਹਦੀ ਖੋਪੜੀ ਪਾੜ ਕੇ ਅੰਦਰ ਵੜ ਜਾਂਦੇ। ਉਹ ਕਿੰਨਾ ਚਿਰ ਪਾਸੇ ਪਰਤਦਾ ਰਹਿੰਦਾ ਹੈ ਫਿਰ ਨੀਂਦਰ ਲਿਆਉਣ ਵਾਲੀ ਦਵਾਈਆਂ ਗੋਲੀਆਂ ਖਾ ਲੈਂਦਾ ਹੈ। ਉਹਨਾਂ ਨੂੰ ਨੀਂਦਰ ਆਉਣ ਲੱਗ ਪੈਂਦੀ ਹੈ ਪਰ ਉਹ ਇਸ ਨੀਂਦਰ ਤੋਂ ਡਰਦਾ ਵੀ ਹੈ। ਇਹ ਮੌਤ ਵਰਗੀ ਨੀਂਦਰ ੱੱੱਕੇ ਨਾਲ ਉਹਦੇ ਉੱਪਰ ਚੜੀ ਆਉਂਦੀ ਹੈ। ਉੱਠ ਕੇ ਨਸਲਾਂ ਤੇ ਚਿੱਕਾ ਮਾਰਨਾ ਚਾਹੁੰਦਾ ਹੈ। ਮੈਨੂੰ ਇਸ ਨੀਂਦਰ ਤੋਂ ਛੁਡਾਉ ਪਰ ਉਹ ਹਿਲਜੁਲ ਨਹੀਂ ਸਕਦਾ। ਚੀਕ ਉਹਦੇ ਗਲ 'ਚ ਫਾਹ ਬਣ ਜਾਂਦੀ ਹੈ। ਗਲ ਗੋਟੂ ਆਉਂਦਾ ਤੇ ਸਾਹ ਬੰਦ ਹੋਣ ਲੱਗ ਪੈਂਦਾ। ਕੀ ਵੇਖਦਾ ਉਦੇ ਦਿਮਾਗ ਦਾ ਆਪਰੇਸ਼ਨ ਹੋ ਰਿਹਾ ਹੈ। ਉਹਦੇ ਜੁੱਸੇ ਦੇ ਹਿੱਸੇ ਵੱਖਰੇ ਕਰ ਦਿੱਤੇ ਗਏ ਨੇ। ਦੋਵੇਂ ਟੰਗਾਂ ਸੁੱਕੀਆਂ-ਸੁੱਕੀਆਂ ਇੱਕ ਕੋਨੇ 'ਚ ਪਈਆਂ ਹੋਈਆਂ ਨੇ ਤੇ ਦੋਵੇਂ ਬਾਹਾਂ ਮੇਜ਼ ਤੇ ਰੱਖੀਆਂ ਹੋਈਆਂ ਨੇ। ਉਹਦੀ ਖੋਪੜੀ ਚੀਰ ਕੇ ਉਹਦੇ 'ਚ ਮੋਟੀਆਂ-ਮੋਟੀਆਂ ਧੌਣਾ ਵਾਲੇ ਕੀੜੇ ਕੱਢੇ ਜਾ ਰਹੇ ਨੇ। ਉਹ ਮੇਜ਼ ਤੋਂ ਆਪਣਾ ਇੱਕ ਹੱਥ ਚੁੱਕ ਲੈਂਦਾ ਤੇ ਆਪੂੰ ਵੀ ਕੀੜੇ ਕੱਢਣਾ ਚਾਹੁੰਦਾ ਪਰ ਡਾਕਟਰ ਉਹਨੂੰ ਮਨਾ ਕਰ ਦਿੰਦਾ ਹੈ। ਥਾਲੇ ਵਿੱਚ ਉਹਦਾ ਦਿਲ ਪਿਆ ਹੋਇਆ ਧੜਕ ਰਿਹਾ ਹੈ। ਕੋਲੀ ਇੱਕ ਬੋਤਲ ਹੈ ਜਿਹਦੇ 'ਚ ਉਹਦੀ ਰੂਹ ਕਾਲੀ ਪਈ ਹੋਈ ਹੈ। ਉਹ ਬੋਤਲ ਦਾ ਢੱਕਣ ਖੋਲਣਾ ਚਾਹੁੰਦਾ ਪਰ ਨਰਸ ਬੋਤਲ ਉਹਦੇ ਕੋਲੋਂ ਖੋ ਕੇ ਅਲਮਾਰੀ 'ਚ ਬੰਦ ਕਰ ਦਿੰਦੀ ਹੈ ਡਾਕਟਰ ਖੁਸ਼ ਹੋ ਕੇ ਆਖਦਾ ਹੈ ਪੀੜ ਲੱਗ ਗਈ ਹੈ ਡਾਕਟਰ ਪੀੜ ਨੂੰ ਚਿਮਟੀ ਨਾਲ ਫੜ ਕੇ ਉਹਨੂੰ ਵਿਖਾਉਂਦਾ ਹੈ ਪੀੜ ਇੱਕ ਨੁਕਰਾਂ ਵਾਲਾ ਰੋੜ ਹੈ ਕਾਲਾ ਜਿਹਾ ਰੋੜ ਡਾਕਟਰ ਕਹਿੰਦਾ ਇਹ ਪੀੜ ਹੈ ਇਹ ਤੇਰੀ ਖੋਪੜੀ 'ਚੋਂ ਨਿਕਲੀ ਹੈ ਅੱਜ ਕੱਲ ਜਿਹੜੀ ਹਵਾ ਚੱਲਦੀ ਹੈ ਉਹਦੇ 'ਚ ਬਹੁਤ ਸਾਰੇ ਨਿੱਕੇ ਨਿੱਕੇ ਜ਼ਰੇ ਹੁੰਦੇ ਨੇ ਜਿਹੜੇ ਹੌਲੀ-ਹੌਲੀ ਖੋਪੜੀ ਵਿੱਚ ਜੰਮਦੇ ਰਹਿੰਦੇ ਨੇ ਤੇ ਫਿਰ ਪੀੜ ਦਾ ਰੋੜ ਬਣ ਜਾਂਦੇ ਨੇ ਅੱਗੋਂ ਤੋਂ ਪਰਹੇਜ਼ ਲਈ ਸਾਹ ਲੈਣਾ ਛੱਡ ਦੇ ਤੇ ਉਹਦੀ بیوی ਉਹਨੂੰ ਜਗਾਉਂਦੀ ਹੈ ਉਹ ਬੜਵਾਏ ਉੱਠ ਬਹਿੰਦਾ ਕੀ ਹੋਇਆ ਖੈਰ ਤੇ ਆ ਨਾ 6 ਵਜ ਰਹੇ ਨੇ ਹੁਣ ਉੱਠ ਬੋ ਤੂੰ ਆਪਣੇ ਧੜਕਦੇ ਹੋਏ ਦਿਲ ਤੇ ਹੱਥ ਰੱਖ ਲੈਂਦਾ ਧੰਨਵਾਦ